ਲੈ ਕੇ ਅੱਜ ਜਿਹੜੀਆਂ ਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਜਿਸ ਸਕੱਤਰ ਮਹਿੰਦਰ ਸਿੰਘ ਆਹਲੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਅੱਜ ਸਾਹਿਬ ਕਿੱਦਾਂ ਦੇਖ ਰਹੇ ਹੋ ਜਿਹੜਾ ਅੱਜ ਸਾਲਾਨਾ ਬਜਟ ਜਿਹੜਾ ਪੇਸ਼ ਹੋਵੇਗਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਬਜਟ ਆ ਸਾਲਾਨਾ ਬਜਟ ਪੇਸ਼ ਕੀਤਾ ਜਾਂਦਾ, ਇਸ ਵਾਰ ਵੀ ਉਸੇ ਤਰ੍ਹਾਂ ਹੀ ਪੇਸ਼ ਕੀਤਾ ਜਾਊਗਾ। ਜਿਹੜੇ ਕੱਲ੍ਹ ਵਿਰੋਧੀਆਂ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਈ ਸਵਾਲ ਚੁੱਕੇ ਗਏ ਉਹਨਾਂ ਦੇ ਵੱਲੋਂ PTC ਨੂੰ ਲੈ ਕੇ ਜਾਂ ਹੋਰ NGO ਸੰਸਥਾ ਨੂੰ ਲੈ ਕੇ ਸਵਾਲ ਚੁੱਕੇ ਗਏ, ਲੱਗਦਾ ਕਿ ਉਹ ਕਲੀਅਰ ਹੋਣਗੇ? ਵੇਖੋ ਜੀ, ਇਹ ਤਾਂ ਗੱਲ ਕਲੀਅਰ ਆ ਵੀ ਵਿਰੋਧੀ ਧਿਰ ਕੋਈ ਵੀ ਸਵਾਲ ਕਰ ਸਕਦਾ, ਉਹਦਾ ਜਵਾਬ ਸਾਡੇ ਕੋਲ ਹੈਗਾ, ਤੱਥਾਂ ਦੇ ਆਧਾਰ 'ਤੇ ਜਵਾਬ ਦੇਵਾਂਗੇ। ਕੋਈ ਇਹੋ ਜਿਹੀ ਗੱਲ ਨਹੀਂ ਗੀ, ਹਰ ਬੰਦੇ ਨੂੰ ਕਹਿਣ ਦਾ ਹੱਕ ਆ, ਹਰ ਬੰਦੇ ਨੂੰ ਸਵਾਲ ਕਰਨ ਦਾ ਹੱਕ ਆ, ਉਹਦਾ ਜਵਾਬ ਦੇਣਾ ਸਾਡਾ ਫਰਜ਼ ਆ। ਅਤੇ ਕੋਈ ਦਿੱਕਤ ਨਹੀਂ, ਸਾਨੂੰ ਕੋਈ ਟੈਨਸ਼ਨ ਨਹੀਂ ਗੀ, ਅਸੀਂ ਪੂਰਾ ਪਾਰਦਰਸ਼ੀ ਦਾ ਜਵਾਬ ਦਿਆਂਗੇ। ਲੱਗਦਾ ਕਿ ਕੁਝ ਚੇਂਜਿੰਗ ਹੋ ਸਕਦੀ ਹੈ ਜੇ ਸਾਲਾਨਾ ਬਜਟ ਦੇ ਵਿੱਚ? ਨਹੀਂ, ਇਹ ਸਾਰੀਆਂ ਗੱਲਾਂ ਪਹਿਲਾਂ ਨਹੀਂ ਦਿੱਤੀਆਂ ਜਾਂਦੀਆਂ, ਬਜਟ ਪੇਸ਼ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਕਲੈਰਿਟੀ ਹੋ ਜਾਣੀ ਆ, ਅਤੇ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਵੈਸੇ ਜਿਹੜੇ ਵਿਰੋਧੀ ਧਿਰਾਂ ਸਵਾਲ ਚੁੱਕ ਰਹੇ ਨੇ, ਉਹਨਾਂ ਨੂੰ ਕੀ ਕਰਨਾ ਚਾਹੋਗੇ? ਦੇਖੋ, ਵਿਰੋਧੀ ਧਿਰ ਨੂੰ ਸਵਾਲ ਚੁੱਕਣ ਤੋਂ ਪਹਿਲਾਂ ਹਜ਼ਾਰ ਵਾਰ ਸੋਚਣਾ ਚਾਹੀਦਾ, ਪਰ ਫਿਰ ਵੀ ਮੈਂ ਕਹਿੰਦਾ ਹਰੇਕ ਨੂੰ ਸਵਾਲ ਕਰਨ ਦਾ ਫਰਜ਼ ਉਹਦਾ, ਕੋਈ ਗੱਲ ਨਹੀਂ, ਉਹਨਾਂ ਦੇ ਸਵਾਲਾਂ ਦਾ ਬੜੇ ਤਰੀਕੇ ਨਾਲ ਅਸੀਂ ਵਧੀਆ ਸਹੀ ਢੰਗ ਨਾਲ ਜਵਾਬ ਦੇਵਾਂਗੇ, ਕੋਈ ਦਿੱਕਤ ਨਹੀਂ। ਕੀ ਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਸਾਲਾਨਾ ਬਜਟ? ਵੇਖੋ, ਸਾਲਾਨਾ ਬਜਟ ਦੀਆਂ ਪਹਿਲਾਂ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਵਧੀਆ ਤਿਆਰੀਆਂ ਕੀਤੀਆਂ ਮੈਂਬਰ ਸਭਾ ਦੇ ਰਹਿਣ ਹੈਗਾ, ਕਿਸੇ ਕਿਸਮ ਦੀ ਕੋਈ ਕਿਸੇ ਨੂੰ ਦਿੱਕਤ ਨਹੀਂ ਆਊ। ਲੱਗਦਾ ਕਿ ਪੂਰੇ ਜਿਹੜੇ ਵਿਰੋਧੀ ਧਿਰ ਵੀ ਸਵਾਲ ਪੁੱਛ ਸਕਦੇ ਨੇ, ਉਹਨਾਂ ਦਾ ਪੂਰਾ ਖੁੱਲ੍ਹ ਕੇ ਜਵਾਬ ਦਿੱਤਾ ਜਾਵੇ? ਹਾਂ ਹਾਂ, ਬਿਲਕੁਲ ਜੀ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਹਰ ਇੱਕ ਨੂੰ ਸਵਾਲ ਕਰਨ ਦਾ ਹੱਕ ਆ, ਅਤੇ ਉਹਦਾ ਜਵਾਬ ਵੀ ਵਧੀਆ ਤਰੀਕੇ ਨਾਲ ਦਿੱਤਾ ਜਾਊਗਾ, ਕੋਈ ਦਿੱਕਤ ਨਹੀਂ। ਬਿਲਕੁਲ ਜੀ, ਸਾਲਾਨਾ ਜਿਹੜਾ ਬਜਟ ਜਿਹੜਾ ਪੇਸ਼ ਹੋਣਾ ਵਾ, ਉਹਨੂੰ ਲੈ ਕੇ ਜੇ ਵਿਰੋਧੀ ਧਿਰਾਂ ਦਾ ਸਵਾਲ ਪੁੱਛਣਾ ਹੱਕ ਆ, ਅਤੇ ਇਹਨਾਂ ਜਵਾਬ ਦੇਣਾ ਵੀ ਬਣਦਾ ਵਾ, ਅਤੇ ਇਹਨਾਂ ਦਾ ਇਹੀ ਗੱਲ ਕਹੀ ਆ ਕਿ ਜੇ ਕਿਸੇ ਦੇ ਮਨ 'ਚ ਕੁਝ ਡਾਊਟ ਹੋਵੇਗਾ, ਉਹ ਵੀ ਇੱਥੇ ਸਾਲਾਨਾ ਬਜਟ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਜਿਹੜਾ ਉਹ ਵੀ ਚਰਚਾ ਕੀਤੀ ਜਾਵੇਗੀ ਉਸ ਦੇ ਉੱਪਰ, ਅਤੇ ਜੋ ਵੀ ਉਹਨਾਂ ਦੇ ਮਨ 'ਚ ਡਾਊਟ ਹੋਵੇਗਾ ਉਹ ਵੀ ਕੱਢਿਆ ਜਾਵੇਗਾ। ਇਸ ਕਰਕੇ ਲਿਵਿੰਗ ਇੰਡੀਆ ਦੇ ਵੱਲੋਂ ਅੱਜ ਖਾਸ ਗੱਲਬਾਤ ਕੀਤੀ ਗਈ ਸਾਲਾਨਾ ਬਜਟ ਨੂੰ ਲੈ ਕੇ। ਕੈਮਰਾਮੈਨ ਨਵਨੀਤ ਦੇ ਨਾਲ ਮਨਜਿੰਦਰ ਸਿੰਘ, ਲਿਵਿੰਗ ਇੰਡੀਆ ਨਿਊਜ਼ ਅੰਮ੍ਰਿਤਸਰ, ਲੈ ਕੇ ਅੱਜ ਜਿਹੜੀਆਂ ਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਜਿਸ ਸਕੱਤਰ ਮਹਿੰਦਰ ਸਿੰਘ ਆਹਲੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਅੱਜ ਸਾਹਿਬ ਕਿੱਦਾਂ ਦੇਖ ਰਹੇ ਹੋ ਜਿਹੜਾ ਅੱਜ ਸਾਲਾਨਾ ਬਜਟ ਜਿਹੜਾ ਪੇਸ਼ ਹੋਵੇਗਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਬਜਟ ਆ ਸਾਲਾਨਾ ਬਜਟ ਪੇਸ਼ ਕੀਤਾ ਜਾਂਦਾ, ਇਸ ਵਾਰ ਵੀ ਉਸੇ ਤਰ੍ਹਾਂ ਹੀ ਪੇਸ਼ ਕੀਤਾ ਜਾਊਗਾ। ਜਿਹੜੇ ਕੱਲ੍ਹ ਵਿਰੋਧੀਆਂ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਈ ਸਵਾਲ ਚੁੱਕੇ ਗਏ ਉਹਨਾਂ ਦੇ ਵੱਲੋਂ PTC ਨੂੰ ਲੈ ਕੇ ਜਾਂ ਹੋਰ NGO ਸੰਸਥਾ ਨੂੰ ਲੈ ਕੇ ਸਵਾਲ ਚੁੱਕੇ ਗਏ, ਲੱਗਦਾ ਕਿ ਉਹ ਕਲੀਅਰ ਹੋਣਗੇ? ਵੇਖੋ ਜੀ, ਇਹ ਤਾਂ ਗੱਲ ਕਲੀਅਰ ਆ ਵੀ ਵਿਰੋਧੀ ਧਿਰ ਕੋਈ ਵੀ ਸਵਾਲ ਕਰ ਸਕਦਾ, ਉਹਦਾ ਜਵਾਬ ਸਾਡੇ ਕੋਲ ਹੈਗਾ, ਤੱਥਾਂ ਦੇ ਆਧਾਰ 'ਤੇ ਜਵਾਬ ਦੇਵਾਂਗੇ। ਕੋਈ ਇਹੋ ਜਿਹੀ ਗੱਲ ਨਹੀਂ ਗੀ, ਹਰ ਬੰਦੇ ਨੂੰ ਕਹਿਣ ਦਾ ਹੱਕ ਆ, ਹਰ ਬੰਦੇ ਨੂੰ ਸਵਾਲ ਕਰਨ ਦਾ ਹੱਕ ਆ, ਉਹਦਾ ਜਵਾਬ ਦੇਣਾ ਸਾਡਾ ਫਰਜ਼ ਆ। ਅਤੇ ਕੋਈ ਦਿੱਕਤ ਨਹੀਂ, ਸਾਨੂੰ ਕੋਈ ਟੈਨਸ਼ਨ ਨਹੀਂ ਗੀ, ਅਸੀਂ ਪੂਰਾ ਪਾਰਦਰਸ਼ੀ ਦਾ ਜਵਾਬ ਦਿਆਂਗੇ। ਲੱਗਦਾ ਕਿ ਕੁਝ ਚੇਂਜਿੰਗ ਹੋ ਸਕਦੀ ਹੈ ਜੇ ਸਾਲਾਨਾ ਬਜਟ ਦੇ ਵਿੱਚ? ਨਹੀਂ, ਇਹ ਸਾਰੀਆਂ ਗੱਲਾਂ ਪਹਿਲਾਂ ਨਹੀਂ ਦਿੱਤੀਆਂ ਜਾਂਦੀਆਂ, ਬਜਟ ਪੇਸ਼ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਕਲੈਰਿਟੀ ਹੋ ਜਾਣੀ ਆ, ਅਤੇ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਵੈਸੇ ਜਿਹੜੇ ਵਿਰੋਧੀ ਧਿਰਾਂ ਸਵਾਲ ਚੁੱਕ ਰਹੇ ਨੇ, ਉਹਨਾਂ ਨੂੰ ਕੀ ਕਰਨਾ ਚਾਹੋਗੇ? ਦੇਖੋ, ਵਿਰੋਧੀ ਧਿਰ ਨੂੰ ਸਵਾਲ ਚੁੱਕਣ ਤੋਂ ਪਹਿਲਾਂ ਹਜ਼ਾਰ ਵਾਰ ਸੋਚਣਾ ਚਾਹੀਦਾ, ਪਰ ਫਿਰ ਵੀ ਮੈਂ ਕਹਿੰਦਾ ਹਰੇਕ ਨੂੰ ਸਵਾਲ ਕਰਨ ਦਾ ਫਰਜ਼ ਉਹਦਾ, ਕੋਈ ਗੱਲ ਨਹੀਂ, ਉਹਨਾਂ ਦੇ ਸਵਾਲਾਂ ਦਾ ਬੜੇ ਤਰੀਕੇ ਨਾਲ ਅਸੀਂ ਵਧੀਆ ਸਹੀ ਢੰਗ ਨਾਲ ਜਵਾਬ ਦੇਵਾਂਗੇ, ਕੋਈ ਦਿੱਕਤ ਨਹੀਂ। ਕੀ ਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਸਾਲਾਨਾ ਬਜਟ? ਵੇਖੋ, ਸਾਲਾਨਾ ਬਜਟ ਦੀਆਂ ਪਹਿਲਾਂ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਵਧੀਆ ਤਿਆਰੀਆਂ ਕੀਤੀਆਂ ਮੈਂਬਰ ਸਭਾ ਦੇ ਰਹਿਣ ਹੈਗਾ, ਕਿਸੇ ਕਿਸਮ ਦੀ ਕੋਈ ਕਿਸੇ ਨੂੰ ਦਿੱਕਤ ਨਹੀਂ ਆਊ। ਲੱਗਦਾ ਕਿ ਪੂਰੇ ਜਿਹੜੇ ਵਿਰੋਧੀ ਧਿਰ ਵੀ ਸਵਾਲ ਪੁੱਛ ਸਕਦੇ ਨੇ, ਉਹਨਾਂ ਦਾ ਪੂਰਾ ਖੁੱਲ੍ਹ ਕੇ ਜਵਾਬ ਦਿੱਤਾ ਜਾਵੇ? ਹਾਂ ਹਾਂ, ਬਿਲਕੁਲ ਜੀ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਹਰ ਇੱਕ ਨੂੰ ਸਵਾਲ ਕਰਨ ਦਾ ਹੱਕ ਆ, ਅਤੇ ਉਹਦਾ ਜਵਾਬ ਵੀ ਵਧੀਆ ਤਰੀਕੇ ਨਾਲ ਦਿੱਤਾ ਜਾਊਗਾ, ਕੋਈ ਦਿੱਕਤ ਨਹੀਂ। ਬਿਲਕੁਲ ਜੀ, ਸਾਲਾਨਾ ਜਿਹੜਾ ਬਜਟ ਜਿਹੜਾ ਪੇਸ਼ ਹੋਣਾ ਵਾ, ਉਹਨੂੰ ਲੈ ਕੇ ਜੇ ਵਿਰੋਧੀ ਧਿਰਾਂ ਦਾ ਸਵਾਲ ਪੁੱਛਣਾ ਹੱਕ ਆ, ਅਤੇ ਇਹਨਾਂ ਜਵਾਬ ਦੇਣਾ ਵੀ ਬਣਦਾ ਵਾ, ਅਤੇ ਇਹਨਾਂ ਦਾ ਇਹੀ ਗੱਲ ਕਹੀ ਆ ਕਿ ਜੇ ਕਿਸੇ ਦੇ ਮਨ 'ਚ ਕੁਝ ਡਾਊਟ ਹੋਵੇਗਾ, ਉਹ ਵੀ ਇੱਥੇ ਸਾਲਾਨਾ ਬਜਟ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਜਿਹੜਾ ਉਹ ਵੀ ਚਰਚਾ ਕੀਤੀ ਜਾਵੇਗੀ ਉਸ ਦੇ ਉੱਪਰ, ਅਤੇ ਜੋ ਵੀ ਉਹਨਾਂ ਦੇ ਮਨ 'ਚ ਡਾਊਟ ਹੋਵੇਗਾ ਉਹ ਵੀ ਕੱਢਿਆ ਜਾਵੇਗਾ। ਇਸ ਕਰਕੇ ਲਿਵਿੰਗ ਇੰਡੀਆ ਦੇ ਵੱਲੋਂ ਅੱਜ ਖਾਸ ਗੱਲਬਾਤ ਕੀਤੀ ਗਈ ਸਾਲਾਨਾ ਬਜਟ ਨੂੰ ਲੈ ਕੇ। ਕੈਮਰਾਮੈਨ ਨਵਨੀਤ ਦੇ ਨਾਲ ਮਨਜਿੰਦਰ ਸਿੰਘ, ਲਿਵਿੰਗ ਇੰਡੀਆ ਨਿਊਜ਼ ਅੰਮ੍ਰਿਤਸਰ।